ਆਊਜ਼ ਬਿਲਾਹ ਮਿਨ ਸ਼ੈਤਾਨਿਰ ਰਜੀਮ ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ ਅਸਲਾਮੁ ਅਲੈਕੁਮ ਵਰਹਿਮਤੁਲਲਾਹਿ ਵਬਰਕਾਤੁਹੁ ਨਾਜ਼ਰੀਨ ਤੁਸਾਂ ਤੱਕ ਨੇ ਮਾਰ ਯੂਟਿਊਬ ਚੈਨਲ ਫੇਸਬੁੱਕ ਪੇ ਮੈਂ ਸਿੱਧ ਕਰੀਮ ਤੁਹਾਨੂੰ ਖਿਦਮਤ ਵਿੱਚ ਹਾਜ਼ਰ ਹਾਂ ਅੱਜ ਅਸਾਂ ਜਾਣ ਸੇ ਪੇ ਖੋੜ ਨੇਰੀਏ ਤਹਿਤ ਤੁਸਾਂ ਕੀ ਦੱਸਣੇ ਹੈਗੇ ਜਨਾਬ ਕਿ ਰੋਡ ਨਾ ਕੰਮ ਆਪਣੀ ਮਦਦ ਆਪਣੇ ਤਹਿਤ ਜਾਰੀ ਹੈ ਸਾਰੀ ਹੈ ਇੱਥੇ ਦੀਗਰ ਅਬਾਬ ਵੀ ਮੌਜੂਦ ਨਾ ਸੋ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਸਾਂ ਜੁਮਲਾ ਖੋੜ ਨੇ ਦੀਗਰ ਸਿਆਸੀ ਸਮਾਜੀ ਸ਼ਖਸੀਅਤ ਵੀ ਤਸ਼ਰੀਫ ਫਰਮਾਨ ਭਾਈ ਖੁਸ਼ਹਾਲ ਉਹਨਾਂ ਨਾਲ ਗੱਲ ਕਰਨੇ ਅਸਲਾਮ ਅਲੈਕਮ ਜੀ ਕਿਆ ਹਾਲ ਹੈ ਜਨਾਬ ਠੀਕ ਹੋ ਖਰੀਦ ਹੈ ਖੁਸ਼ਹਾਲ ਸਾਹਿਬ ਕਦੋਂ ਸ਼ੁਰੂ ਕੀਤਾ ਹੈ ਜਿਹੜਾ ਆਪਣੀ ਮਦਦ ਆਪਣੇ ਤਹਿਤ ਰੋਡਾਂ ਠੀਕ ਹੈ ਕਿਤਨੇ ਕਿਤਨੇ ਰਕਮ ਇਕੱਠੀ ਹੋਈ ਹੈ ਇਨਸ਼ਾਅੱਲਾ ਕੋਈ 2-2.5 ਲੱਖ ਰੁਪਈਆ ਜਮ੍ਹਾਂ ਹੋਈ ਆ ਅਤੇ ਹੁਣ ਅਸਾਂ ਨਾਲ ਇਹ ਕਾਫੀ ਸ਼ਖਸੀਅਤ ਮੌਜੂਦ ਹਨ ਭਲਵਾਨ ਮਨੀਰ ਸਾਹਿਬ ਹਨ ਭਲਵਾਨ ਅਸਲਮ ਸਾਹਿਬ ਹਨ ਸ਼ੇਖ ਵਾਜ ਸਾਹਿਬ ਹਨ ਠੀਕ ਹੋਈ ਅਤੇ ਇਨਸ਼ਾਅੱਲਾ ਇਹਨਾਂ ਨੇ ਤਾਵਣ ਨਾਲ ਦੁਬਈ ਜਿਹੜੇ ਬੰਦੇ ਨੇ ਉਹਨਾਂ ਨੇ ਤਾਵਣ ਨਾਲ ਠੀਕ ਹੈ ਜਨਾਬ ਖੁਰਮ ਸਾਹਿਬ 2.5 ਲੱਖ ਰੁਪਈਆ ਸਰ ਆਈ ਆ ਤੁਸਾਂ ਕੋਲ ਤਾਂ ਫਿਰ ਸ਼ੁਰੂ ਕਰੀ ਦਿਓ ਹੁਣ ਬਿਸਮਿਲ੍ਲਾ ਪੜੋ ਸ਼ੁਰੂ ਇਨਸ਼ਾਅੱਲਾ ਸਰ ਬੁੱਧ ਵਾਲੇ ਦਿਨ ਅਸਾਂ ਪ੍ਰੋਗਰਾਮ ਹੈ ਠੀਕ ਹੈ ਸ਼ੁਰੂ ਕੀਤਾ ਜਾਏ ਬੱਜੀ ਬਾਈ ਜਾਏ ਇੱਕ ਸਾਈਡ ਪਰ ਪਹਿਲੇ ਬਾਸਾਂ ਫਿਰ 5 ਦਿਨ ਤੋਂ ਬਾਅਦ ਦੂਸਰੀ ਸਾਈਡ ਪਰ ਬਾਸਾਂ ਪਹਿਲੇ ਕੁਦਰ ਸ਼ੁਰੂ ਕਰ ਸੋ ਬਸ ਇਸੇ ਮੱਥੇ ਜੂ ਕਰ ਸਕਦੇ ਇੱਥੋਂ ਸ਼ੁਰੂ ਕਰ ਸੋ ਹਾਜ਼ਰੀਨ ਤੱਕੀ ਸਕਣੇ ਹੋ ਕਿ ਸਵਾਰੀਆਂ ਲਈ ਗਈਆਂ ਤਾਂ ਕੈਰੀ ਡੱਬਾ ਖਲੀ ਆ ਅੱਛਾ ਜੀ ਜੀ ਹੋਈ ਆ ਨਾ ਉਹ ਕਿਉਂਕਿ ਖਵਾਤੀਨ ਬਣੀ ਆ ਅੱਛਾ ਪ੍ਰੋਫੈਸਰ ਸਾਹਿਬ ਮੌਜੂਦ ਹਨ ਜੀ ਅਰਸ਼ਦ ਅਸਲਾਮ ਅਲੈਕਮ ਸਰ ਕੀ ਹਾਲ ਹੈ ਜੀ ਸਰ ਕੀ ਆਣਾ ਚਾਹੁੰਦੇ ਹੋ ਵਾਲਾ ਸਰ ਕੀ ਹਾਂ ਬੰਦਾ ਇੱਕ ਵਾਰੀ ਕੋਈ ਤਈਆ ਕਰੀ ਕਿ ਨਾ ਤਾਂ ਕੋਈ ਕੰਮ ਐਸਾ ਨਹੀਂ ਜਿਹੜਾ ਨਾ ਮੁਕਨ ਕਰੇ ਨਾ ਠੀਕ ਹੋ ਜੀ ਕੋਸ਼ਿਸ਼ ਹੈ ਛੋਟੀ ਜੀ ਬੇਸ਼ਮਾਬ ਹਰ ਬਾਬ ਇਖਤਿਆਰੀ ਤਾਂ ਬਹੁਤ ਤਫਾ ਆਖਿਆ ਲੇਕਿਨ ਮਾਰਾ ਖਿਆ ਲੇ ਕਿਸੇ ਤੋਜ ਵੀ ਨਹੀਂ ਦਿੱਤੀ ਅੱਛਾ ਸਰ ਕੀ ਵਜ੍ਹਾ ਹੋਈ ਹੈ ਕਿ 30-40-50 ਸਾਲ ਤੋਂ ਇਹ ਰੋਡ ਨਹੀਂ ਖਸਤਾ ਹਾਲੀ ਨੂਨ ਲੀਗ ਨਹੀਂ ਹਕੂਮਤ ਵੀ ਰਹੀ ਹੈ ਪੀਪਲਸ ਪਾਰਟੀ ਨਹੀਂ ਵੀ ਰਹੀ ਹੈ ਤਾਂ ਕਿਆ ਵਜ੍ਹਾ ਵਾ ਕਿਉਂ ਨਹੀਂ ਹੋਈ ਸਕਿਆ ਜੀ ਬੇਸੀ ਹੈ ਸਰ ਹੋਰ ਕੋਈ ਇਤਨੀ ਬੜੀ ਗੱਲ ਨਹੀਂ ਹੈ ਬੇਸੀ ਹੈ ਪਬਲਿਕ ਦੇ ਅੰਦਰ ਵੀ ਹੈ ਕਿ ਚਲੋ ਵਕਤ ਇਸ ਤਰ੍ਹਾਂ ਦੇ ਲੋਕ ਨੇ ਆਪਣੇ ਜਿਹੜਾ ਨੋ ਜ਼ਾਤੀ ਮਫਾਦਾਤ ਦੇ ਖਾਤਰ ਥੰਮਣਾ ਚਾਹੁੰਦਾ ਸ਼ੁਰੂ ਕਰੀ ਕਿੰਨੇ ਲੇਕਿਨ ਵਕਤ ਗੁਜ਼ਰੀ ਜਾਵੇ ਤਾਂ ਨਾ ਤਾਂ ਕੋਈ ਲੀਡਰ ਲਾਉਣਾ ਤਾਂ ਨਾ ਫਿਰ ਉਹ ਆਵਾਮੀ ਨੁਮਾਇੰਦੇ ਜਿਹੜਾ ਨੋ ਉਸ ਰੰਗ ਦੇ ਲੋਕਾਂ ਦੇ ਮਫਾਦਾਤ ਦਾ ਖਿਆਲ ਰੱਖਦੇ ਹਨ ਠੀਕ ਆ ਬਸ ਕੋਸ਼ਿਸ਼ ਹੈ ਵਾ ਆਵਾਮ ਨੇ ਚਲੋ ਕੋਈ ਬਿਹਤਰੀ ਅਸਰ ਲੱਗੇ ਆ ਦੇਖੋ ਲਾਈਕ ਜੇ ਭਲਵਾਨ ਮਨੀਰ ਸਾਹਿਬ ਸਾਡੇ ਨਾਲ ਲੈਣ ਸਰ ਭਲਵਾਨ ਜੀ ਦੱਸੋ ਇਹ ਗੱਲ ਬਈ ਪ੍ਰੋਫੈਸਰ ਸਾਹਿਬ ਇਹ ਗੱਲ ਆਇਆ ਬਈ ਜਿਲ੍ਹਾ ਵੋਟਾਂ ਦਾ ਟਾਈਮ ਵਛਣਾ ਤਾਂ ਅਸਾਂ ਜ਼ਾਤੀ ਮਫਾਦਾਤ ਕੀ ਤਰਜੀਹ ਦੇਣੇ ਆ ਤਾਂ ਰੋਡਾਂ ਦਾ ਫਿਰ ਜ਼ਾਹਰ ਹੈ ਹਾਲ ਅਸੀਂ ਤਾਂ ਕਿਆ ਆਉਣਾ ਚਾਹੁੰਦੇ ਹੋ ਜਨਾਬ ਬੜੀ ਮਿਹਰਬਾਨੀ ਜੀ ਜਿਵੇਂ ਸਾਹਿਬ ਤੁਸੀਂ ਅਸੀਂ ਟੱਚ ਕੀਤਾ ਅਰਜ਼ ਇਹ ਆ ਕਿ ਅੱਜ ਨਾ ਐਸਾ ਦੌਰ ਹੋਈ ਆ ਕਿ ਮਾਲੇ ਬਹਾਉਣੇ ਤਾਂ ਮਤਲਬ ਹੈ ਰਹੀਏ ਸਾਰੇ ਹਰ ਬੰਦਾ ਅਸ਼ਨਾ ਦਾ ਟੀਮਾਂ ਅਸ਼ਨੀਆਂ ਦਾ ਮਾਲੇ ਵੱਜਦਾ ਸੱਚ ਕੁਛ ਕਰਦੇ ਲੱਗੇ ਜਾਣੇ ਮਾੜੀ ਵੀ 60 ਸਾਲ ਉਮਰ ਹੈ ਤਾਂ ਕੋਈ ਰੋਡ ਨਹੀਂ ਹਾਲੇ ਤੱਕ ਹੈ ਅਸਾਂ ਖੋੜੀ ਜਿਹੜੇ ਪੈਦਾ ਹੋਈਆਂ ਸਾਡਾ ਇਹ ਕਸੂਰ ਹੈ ਠੀਕ ਤੇ ਲਿਆਜ਼ਾ ਇਹ ਜਿਹੜੇ ਲੀਡਰ ਹਨ ਨਾ ਇਹਨਾਂ ਕੀ ਤਵੱਜੋ ਦੇਣੀ ਚਾਹੀਦੀ ਹੈ ਲੀਡਰ ਤਾਂ ਅਸਾਂ ਆਵਾਮ ਹੀ ਬਣਾਣੀ ਆ ਨਾ ਬਣਾਣੇ ਵਿੱਚ ਦੇਖੋ ਨਾ ਪੀਪਲਸ ਪਾਰਟੀ ਉਹ ਨੋਨ ਲੀਗ ਦੀ ਹਕੂਮਤ ਰਹੀ ਆ ਤਾਂ ਕੀ ਆਣੀ ਉਹਲਾ ਲੋਕਾਂ ਇਤਜਾਜ ਕੀਤਾ ਕੀ ਆਣੀ ਲੋਕਾਂ ਉਹਨਾਂ ਪਰ ਕੰਮ ਕੀਤਾ ਅਰਜ਼ ਇਹ ਆ ਕਿ ਜਿਹੜੇ ਵੈਲੀ ਵਿੱਚ ਜਿਹੜਾ ਇਲੈਕਸ਼ਨ ਲੜਨੇ ਲੈਣ ਤਾਂ ਬਿਲਕੁਲ ਬਰਾਬਰ ਜਾਣਾ ਜਿਹੜਾ ਖੋੜ ਨੇ ਮਤਲਬ ਹੈ ਜਾਣੇ ਨਾ ਵੋਟ ਜਾਂ ਬੈਗ ਜਾਣੇ ਨਾ ਤਾਂ ਉੱਥੋਂ ਲੀਡ ਹੋਣੀ ਹੈ ਤਾਂ ਕੁਰਸੀ ਫੇਰ ਵੀ ਪਰ ਬੈਨੇ ਨੇ ਇਹਨਾਂ ਕੀ ਇਹ ਚਾਹੀਦਾ ਮਤਲਬ ਹੈ ਕਿ ਖੋੜ ਨੇ ਆਵਾਮ ਆਪਣੇ ਮਤਲਬਾਤ ਨਹੀਂ ਮਨਵਾਈ ਸਕੀ ਇਸ ਦੀ ਵਜ੍ਹਾ ਇਹ ਆਵਾਮ ਦੀ ਨਾਕਾਮੀ ਆ ਨਾ ਜਿਹੜੇ ਆਪਣੇ ਵਾਲ ਮਤਲਬਾਤ ਖੁਦ ਨਹੀਂ ਮਨਵਾਈ ਸਕੀ ਇਹ ਤਕਸੀਮ ਹੋਈ ਹਨ ਜੀ ਪਬਲਿਕ ਕੇ ਸਾਡੇ ਕੋਲ ਤਕਸੀਮ ਹੋਈ ਹੈ ਤਕਸੀਮ ਹੀ ਹੋਈ ਹੈ ਜਿੰਨਾ ਦਿੱਤੇ ਨਾ ਅਗਰ ਦੇਣੇ ਨਵੋਟ ਜਿਸ ਪਾਰਟੀ ਕੀ ਵੀ ਦੇਣੇ ਇੰਨਾ ਅਗਰ ਉਹ ਬੰਨੀ ਆ ਪਾਰਟੀ ਤਾਂ ਫਿਰ ਜਿੰਨਾ ਦਿੱਤੇ ਉਹਨਾਂ ਨੂੰ ਆਪਣਾ ਕੰਮ ਕੀ ਨਹੀਂ ਕਢਵਾਈ ਸਕਣਾ ਕੀ ਨਹੀਂ ਕਰਵਾਈ ਸਕਣਾ ਮੈਂ ਕਹਿੰਦਾ ਸਵਾਲ ਤਾਂ ਆ ਸਲਾਮ ਕਰਨੇ ਉਹਨਾਂ ਲੋਕਾਂ ਕੀ ਮੁਜ਼ਫਰਾਬਾਦ ਨੇ ਰਵਲਾ ਕੋਰਟ ਨੇ ਤਤ ਪਾਣੀ ਨੇ ਲੀਡਰ ਕੇ ਰੋੜਾ ਰਿਪੋਰਟ ਦਾ ਖਲਾਣੇ ਨਾ ਨੇ ਕੰਮ ਕਰਾਸੇ ਦਾ ਜਾਸੇ ਇਥੋਂ ਸ਼ਾਹ ਸਾਹਿਬ ਠੀਕ ਹੈ ਲਾਈ ਮਨਾਜ਼ਰ ਤੋਂ ਕੋ ਜੀ ਬਈ ਗੱਡੀ ਖਲੀ ਆ ਬਿਲਕੁਲ ਕਾਰ ਤੱਕ ਹੀ ਗਿਨੋ ਤੂੰ ਆ ਮਾਰੀ ਆ ਅੱਲਾ ਹੀ ਆ ਜੀ ਅੱਲਾ ਖੈਰ ਕਰੇ ਅੱਲਾ ਖੈਰ ਕਰੇ
ਚਲੋ ਜੀ ਠੀਕ ਹੈ ਜੀ। ਸਾਡੀ ਰਿਕੁਐਸਟ ਹੈ ਜੀ, ਮਤਲਬ ਇਹਨਾਂ ਲੋਕਾਂ ਦੀ ਜਿਹੜੇ ਮਤਲਬ ਇਹ ਟਰਾਂਸਪੋਰਟਰ ਹਨ ਜਾਂ ਜਿਹੜੇ ਬੈਰੂਨੇ ਮੁਲਕ ਲੋਕ ਹਨ ਜਾਂ ਜਿਹੜੇ ਇੱਥੋਂ ਗੁਜ਼ਰੇ ਹਨ, ਹਰ ਬੰਦਾ ਹਿੱਸਾ ਡਾ ਹੈ ਤਾਂ ਇਹ ਥੋੜ੍ਹੀ ਜਿਹੀ ਰੋਡ ਸਾੜੀ ਮਤਲਬ ਆਪਣੀ ਮਦਦ ਆਪਣੇ ਤਹਿਤ ਬਣਿਆ ਹੈ। ਚਲੋ ਜਿਹੜਾ ਵੀ ਤਾਂ ਕਿਤਾ ਨਾ ਹਰ ਉਹਨਾਂ ਮਤਲਬ ਇੱਥੋਂ ਸੇਰੀ ਤੋਂ ਕੈਂਠੀ ਕ੍ਰਾਸ ਤੋਂ ਨਹੀਂ ਤਾਂ ਧਮਾਲਿਆ ਥੋੜ੍ਹੀ ਬਿਹਤਰੀਨ ਕਿਸਮ ਦੀ ਰੋਡ ਬਣਾਈ ਹੈ ਤਾਂ ਅਸਾਂ ਰਿਕੁਐਸਟ ਕਰਨੇ ਹਰ ਬੰਦੇ ਕਿ ਜਿਤਨੀ ਕੋਈ ਮਾਲੀ ਹੈ ਇਤਨਾ ਹੀ ਮਤਲਬ ਹੈ ਕੋਸ਼ਿਸ਼ ਕਰੋ। ਲੋਕਾਂ ਟੂਮਾਂ ਵੀ ਦਿੱਤੀਆਂ ਨੇ ਲੋਕਾਂ 'ਚ, ਹਰ ਕਿਸਮ ਨੇ ਮਦਦ ਕੀਤੀ ਹੈ ਤਾਂ ਅਸਾਂ ਲੋਕਾਂ ਦੀ ਸ਼ਰਮ ਹੋਣੀ ਚਾਹੀਦੀ ਹੈ ਸਾਹਿਬ। ਅਗਰ ਇਹ ਚੱਕਰ ਰਿਹਾ ਨਾ ਤਾਂ ਖੋੜ 'ਚ ਲੀਡਰ ਕੋਈ ਨਹੀਂ ਅੱਛਾ ਲੱਗਾ। ਲੀਡਰ ਵੀ ਤੁਸੀਂ ਬਣਾਉਣੇ ਆਉਣਾ ਜੀ, ਵਾਹ ਬਣਾਉਣੀਆਂ ਦਾ ਲੀਡਰ, ਲੀਡਰ ਕੀ ਆਣੀ ਅੱਜ ਵੀ ਦਾ ਲੀਡਰ ਐਨ ਨਾ ਫਿਰਨੇ ਟੁਰਨੇ ਦੇ ਲੀਡਰ ਸੁਣ। ਇਹ ਗਲਤੀਆਂ ਅਸਾਂ ਨਹੀਂ ਆਣਾ, ਅਗਰ ਇਹ ਸਾਬ ਰਿਹਾ ਅਸਾਂ ਸੜਕ ਬਣਵਾਈਨੇ ਆ ਬਾਈਦਾਵੇ ਗੱਲ ਕਰਨੇ ਜੇ ਖੱਡੇ ਖੇਡੇ ਨਾ ਅਸਾਂ ਭਰਾਈਨੇ ਆ ਤਾਂ ਫਿਰ ਲੀਡਰ ਹੀ ਕਿਆ ਕਰਸਾਂ, ਕੁੱਥੇ ਰੱਖਸਾਂ, ਜਿਹੜਾ ਮਰਜ਼ੀ ਹੋਵੇ। ਗੱਲ ਜਮਾਤ ਨਹੀਂ ਨਹੀਂ ਹੈ, ਕਿਸੇ ਜਮਾਤ ਨਹੀਂ ਵੀ ਨਹੀਂ ਹੈ, ਲੇਕਿਨ ਲੋਕ ਕਿਤਨੀ ਮੁਸ਼ਕਲ ਵਿੱਚ ਹਨ ਇੱਥੇ ਹਰ ਰੋਜ਼ ਦੋ ਤੋਂ ਤਿੰਨ। ਲੇਕਿਨ ਇੱਕ ਚੀਜ਼ ਤੱਕੋ ਨਾ, ਦੇਖੋ ਚਲੋ ਲੀਡਰ ਵੀ ਸਾਡੇ ਆਪਣੇ ਹਨ, ਘੁੰਮਦਾ ਵੀ ਸਾਡੀਆਂ, ਸਾਰਾ ਕੁਝ ਹੈ, ਆਵਾਮ ਵੀ ਆਪਣੀ ਹੈ। ਵੀ ਕੀ ਤੁਸੀਂ ਇਹ ਗੱਲ ਦੱਸੋ, ਅਗਰ ਮੈਂ ਫਰਜ਼ ਕਰਨਾ ਵੇ ਤੁਸੀਂ ਇਸ ਕੰਮ ਪਰ ਤੁਸੀਂ ਲੱਗੇ ਹੋ ਤਾਂ ਤੁਸੀਂ ਕਦੇ ਫਰਜ਼ ਕਰਨਾ ਇੱਕ ਕਮੇਟੀ ਬਣਾਓ ਨਾ, 10 ਰੁਕਣੀ 5 ਰੁਕਣੀ, ਤਾਂ ਮਿਨਿਸਟਰ ਸਾਹਿਬ ਕੀ, ਵਜ਼ੀਰ ਸਿਹਤ ਆਮਾ ਸਾਹਿਬ ਕੀ, ਤੁਸੀਂ ਮਿਲੋ ਉਹਨਾਂ ਨਾਲ, ਆਪਣੇ ਤਫਜ਼ਾਦ ਪੂਰੀ ਓਵਰਆਲ ਕਰੋ ਨਾ, ਸਾਰਿਆਂ ਬੰਦੇ ਸ਼ਾਮਿਲ ਕਰੋ। ਉਹ ਵੀ ਮਿਲ ਸਾਂ ਨਹੀਂ, ਇਸ ਤਰ੍ਹਾਂ ਨਹੀਂ ਨਾ, ਨਹੀਂ ਉਹਨਾਂ ਨਾਲ ਮਿਲੀ ਨਾ ਸਾਂ, ਕੋਈ ਲੋਕ ਮੌਜੂਦ ਹਨ, ਮਿਲ ਸਾਂ ਉਹਨਾਂ ਨਾਲ, ਮੌਜੂਦ ਰਿਕੁਐਸਟ ਕਰ ਸਾਂ, ਕਹ ਵੀ ਉਹਨੇ ਰਿਕੁਐਸਟ ਕੀਤੀ ਆ ਫਿਰ ਕਰੀ ਨਾ ਸਾਂ, ਕੀ ਮਸਲਾ ਹੈ ਰਿਕੁਐਸਟ ਕਰਨੇ ਦਾ, ਕੋਈ ਜਿਹੜਾ ਨਾਰਜ ਨਹੀਂ ਨਾ, ਉਹਨਾਂ ਨਾਲ ਮਿਲ ਸਾਂ, ਅਗਰ ਉਹ ਕੋਈ ਦੇਈ ਹੋਣੇ ਤਾਂ ਠੀਕ ਹੈ, ਖੋੜ ਨਾ ਜਾ ਖਿਆਲ ਰੱਖੀ ਵਾਸਤੇ ਉਸੇ ਨੇ ਆ, ਜਿਹੜੀ ਸਿੱਧੀ ਗੱਲ ਹੈ ਤਾਂ ਜਾ ਖਿਆਲ ਨਹੀਂ ਰੱਖ ਲਾ ਅਸੀਂ ਕਿਆ ਕਰ ਸਾਂ। ਸਾਨੂੰ ਸਰ ਕਹਾਣੀ ਹੈ ਜੀ ਕ੍ਰਿਮੀ ਸਾਹਿਬ, ਜਿਹੜਾ ਬੰਦਾ ਕੋਈ ਹੁਣ ਸਾਡੇ ਕੰਮ ਕਰਸੀ ਨਾ, ਅਸਾਂ ਉਸ ਜਮਾਤ ਨਾਲ ਟੁੱਟਾਂ ਸਿੱਧੀ ਦੇ, ਚਾਹੇ ਉਹ ਕਿਸੇ ਕਿਸਮ ਨਹੀਂ ਰਿਹਾ, ਕੋਈ ਬੰਦਾ ਨਾ ਸੋਚਿਆ ਮਤਲਬ ਹੈ ਕਿ ਮਤਲਬ ਹੈ ਇਹ ਕਹਾਣੀ ਬਣਸੀ। ਹਰ ਬੰਦਾ ਇੱਥੇ ਮਜਬੂਰ ਹੈ ਜੀ, ਲੋਕ ਗੱਡੀਆਂ ਨਹੀਂ ਤਾਂ ਅਛਣੇ ਨਾ, ਬਿਮਾਰ ਹੋਣੇ ਨਾ, ਕੋਈ ਹਾਲਤ ਹੀ ਕੋਈ ਨਹੀਂ ਸਾਡੀ, ਮਤਲਬ ਇਹ ਸਾਡਾ ਪੱਲਾ ਬਹੁਣ ਜੀ, ਕੁਝ ਕਿਆ ਕਸੂਰ ਹੈ ਸਾਡਾ? ਨਹੀਂ ਸਰ ਇਹ ਦੱਸੋ ਵੀ ਜਿਹੜਾ ਉਹ ਟਿਆ ਮਛਨਾਇਆ ਤਾਂ ਉਹਲੇ ਦੇਖੋ ਨਾ, ਇਨਸਾਨੀਅਤ ਸਭ ਤੋਂ ਬੜੀ ਚੀਜ਼ ਹੈ ਨਾ, ਉਹ ਬੇਸ਼ੱਕ ਠੀਕ ਹੈ, ਉਹਲੇ ਫਿਰ ਅਸਾਂ ਪਾਰਟੀਜ਼ਮ ਕੀਆਂ ਕਰਨੇ ਆ ਜਾਂ ਬ੍ਰਦਰੀਜ਼ਮ ਕੀਆਂ ਕਰਨੇ ਆ, ਨਹੀਂ ਅਸਾਂ ਹੀ ਕਰਨੇ ਆ ਨਾ, ਅਸਾਂ ਹੀ ਕਰਨੇ, ਆਵਾਮ ਵਿੱਚੋਂ ਕਰਨੀ ਆ ਨਾ, ਬਿਲਕੁਲ ਇਹ ਗੱਲ। ਪਰ ਕੈਫ ਜੀ ਅਸਾਂ ਆਏ ਜਿਹੜੇ ਬੰਦੇ ਪ੍ਰਾਈਵੇਟ, ਖੁਸ਼ਹਾਲ ਸਾਹਿਬ ਹਨ, ਪ੍ਰੋਫੈਸਰ ਸਾਹਿਬ ਹਨ, ਇਹ ਵਾਜਿਦ ਸ਼ੇਖ ਸਾਹਿਬ ਹਨ, ਇਹਨਾਂ ਬਹੁਤ ਬੜੀ ਕੁਰਬਾਨੀ ਕੀਤੀ ਹੈ, ਮਾਸ਼ਾ ਟਰਾਲੀਆਂ ਸ਼ਰਾਲੀਆਂ ਦੱਸੀਆਂ, ਆਪਣਾ ਨਿਕਾਹ ਖੁਰਮ ਹੈ ਠੀਕ, ਇਹ ਰਮਜ਼ਾਨ ਨਾਲ ਬੇਟਾ ਮਤਲਬ ਸਾਡਾ ਭਤਰੀਆ ਹੀ ਲੱਗਣਾ, ਤਾਂ ਅਸਾਂ ਸਲਾਮ ਕਰਦੇ ਹਾਂ ਜੀ, 10-10 20,000 ਰੁਪਇਆ ਦੇਣ ਦਾ ਸਾਡਾ ਥੋੜ੍ਹਾ ਨਿਜ਼ਾਮ ਚੱਲੀ ਗਿਆ ਸੀ। ਵਾਈ ਸਾਹਿਬ ਨਾਲ ਗੱਲ ਕਰਨਾ ਜੀ, ਓਵਰਸੀਜ਼ ਦੁਬਈ ਤੋਂ ਜੀ, ਅਸਲਾਮ ਅਲੈਕਮ, ਕੀ ਹਾਲ ਹੈ ਭਾਈ ਜੀ, ਕੀ ਆਉਣਾ ਚਾਹੁੰਦੇ ਹੋ ਭਾਈ, ਕੀ ਸਿਲਸਿਲਾ? ਸਭ ਤੋਂ ਪਹਿਲੇ ਮੈਂ ਗੱਲ ਆਖਣੀ ਚਾਹੁੰਦਾ ਹਾਂ, ਸਭ ਤੋਂ ਬੜਾ ਗੜ ਜਿਹੜਾ ਖੁਸ਼ਹਾਲ ਸਾਹਿਬ ਕੀ ਜਾਣਾ ਪਿਆ ਠੀਕ, ਕਿ ਇਹਨਾਂ ਮਾੜੇ ਨਾਲ ਗੱਲਬਾਤ ਕੀਤੀ ਗਈ, ਯਾਰ ਪ੍ਰੋਬਲਮ ਹੈ ਤਾਂ ਮੈਨੇ ਹਜੇ ਤੱਕ ਤੀਕਰ ਮਾੜੀ ਜ਼ਰੂਰਤ ਹੈ, ਮੈਂ ਹਾਜ਼ਰ ਹਾਂ ਠੀਕ, ਅਤੇ ਮਜ਼ੀਦ ਇਹ ਰਿਕੁਐਸਟ ਕਰਨੀ ਚਾਹੁੰਦਾ ਕਿ ਹਰ ਬੰਦੇ ਕੀ ਖੁਸ਼ਹਾਲ ਸਾਹਿਬ ਨਾਲ ਮਿਲਣਾ ਚਾਹੀਦਾ, ਔਰ ਇਹਨੂੰ ਸਪੋਰਟ ਕਰ ਤਾਂ ਕਿ ਸਾਡਾ ਛੋਟਾ ਜਿਹਾ ਕੰਮ ਹੋ ਸਕੇ। ਇਹ ਛੋਟਾ ਜਿਹਾ ਕੰਮ ਕੋਈ ਨਾ, ਛੋਟਾ ਹੀ ਹੈ ਨਾ, ਸਾਡੇ ਲੋਕਾਂ ਵਾਸਤੇ ਛੋਟਾ ਹੀ ਹੈ ਨਾ, ਸਾਡੀ ਮਜ਼ਬੂਰੀ ਹੈ ਦੋ ਤਿੰਨ ਡਾਂਕੇ ਜਿਹੜੇ ਕਲੀਅਰ ਹੋਈ ਜਾਣ, ਤਾਂ ਮਜ਼ੀਦ ਚਲੋ ਅਗਰ ਤੱਕ ਨਹੀਂ ਕਿਹਾ ਸੀ ਇਹਦਾ ਇਲੈਕਸ਼ਨ ਜੀ ਦਾ ਕੰਪੇਨ ਉਸੀ ਕਿਹਾ ਹੋਣਾ ਕਿ ਨਹੀਂ ਹੋਣਾ, ਉਹ ਜਿਹੜਾ ਹੈ ਕੰਮ ਅਸਾਂ ਕਲੀਅਰ ਹੋਈ ਜਾਏ ਠੀਕ ਹੋਈ ਜਾਏ। ਹਾਂਜੀ ਖੁਸ਼ਹਾਲ ਸਾਹਿਬ, ਉਹ ਸਾਰਾ ਚੜੇ ਵਾਲਾ ਉਹ ਦੱਸੋ, ਬੰਦੇ ਕੁਸੇ ਆਖਿਆ ਸੀ ਸਾਰੀ ਗੱਲ ਸਮਝਾਵਾਂਗੇ, ਐਵੇਂ ਚੁੱਪ ਨਹੀਂ ਬੈਠੇ ਹੋਏ, ਵੱਡੀ ਗੇਮ ਪਾਵਾਂਗੇ, ਉਹ ਬੰਦੇ ਅੰਬੇ ਵੇਰ ਬੰਦੇ ਨੇ ਸਿਰੇ ਤੋੜੀ ਪਾਣੀ ਪੋਚੀ ਆ, ਗੇਮਾਂ ਤੇ 40 50 ਸਾਲ ਤੋਂ ਹੋਣੀ ਆ, 50 ਸਾਲ ਤੋਂ ਹੀ ਅਸਾਂ ਖਮੋਸ਼ ਰਹੇ ਆ, ਤੁਸੀਂ ਫਾਇਦਾ ਚੁੱਕਿਆ ਗਿਆ ਨਾ, ਆਵਾਮ ਹੀ ਖਰੀਦਿਆ, ਕੁਸੇ ਅੱਧੇ ਇਧਰ ਖਰੀਦਣਗੇ, ਅੱਧੇ ਉਧਰ ਖਰੀਦਣਗੇ, ਦਿੱਤਾ ਕੁਸੇ ਲੱਭਾ ਹੈ ਕੱਖ ਨਹੀਂ, ਮੀ ਦੱਸੋ ਕਿਆ ਲੱਭਾ ਖੋੜਗੀ ਜਿਹੜੀ ਇਹ ਰੋਡ ਅਛਣੀ, ਇਸ ਨਹੀਂ ਕੋਈ ਤੱਕਿਆ, ਇਸ ਨਹੀਂ ਕੋਈ ਹਾਲਤ ਹੈ, ਤੇ ਜਿਹੜੇ ਕੋਈ ਵੀ ਜਿਹੜੇ ਬੜੇ ਅਛਣੇ ਤੇ ਬੜੇ ਬੜੇ ਟਾਇਰ ਹਨ ਚੜੀ ਜਾਣੇ, ਉਹਨੇ ਥੱਲੇ ਦਿਸਣਾ ਹੀ ਕੱਖ ਨਹੀਂ, ਵਾ ਥੱਲੇ ਵੀ ਕੁਛ ਹੈ, ਜ਼ਾਹਿਰ ਹੈ ਬਈ, ਇਹ ਦੇਖੋ ਨਾ, ਇਹ ਪੂਰੇ ਖੋੜ ਨਾ ਮਾਮਲਾ ਨਾ, ਪੂਰੇ ਖੋੜ ਨਾ, ਪੂਰੇ ਵੀ ਤੁਸੀਂ ਦੱਸੋ ਬਈ, ਐਵਣ ਐਵਣ ਜਿਹੜੀ ਪਹਿਲੀ ਮਾੜੀ ਸੁਣੋ ਨਾ, ਪੂਰੇ ਖੋੜ ਵਿੱਚ ਸ਼ੇਖ ਵਾਜਦ ਸਾਹਿਬ ਜਾਂ ਭਲਵਾਨ ਮਨੀਰ ਭਲਵਾਨ ਅਸਰਮ ਪ੍ਰੋਫੈਸਰ, ਇਹ ਚੰਦ ਲੋਕ ਜਿਹੜੇ ਇਸ ਤਰ੍ਹਾਂ ਨੇ ਐਨ ਮਸਲ 10-20-50-100, ਇਹ ਅਸਾਂ ਮੀਟਿੰਗ ਕਰਸਾਂ, ਮੀਟਿੰਗ ਤੋਂ ਬਾਅਦ ਇਨਸ਼ਾਅੱਲਾ ਖੋੜ 'ਚ ਤਬਦੀਲੀ ਹੋ ਸੀ,
ਠੀਕ ਹੋ ਜੀ। ਅਗਰ ਅਸਾਂ ਸੜਕਾਂ ਪਰ ਬਜਰੀ ਆਪੂ ਬਾਈ ਤਾਂ ਦੀਦੀ ਪੂਰੀ ਹੋ ਸੀ ਜੇ ਜੀਨੇ ਰਹੇ ਅਸਾਂ ਕੰਮ ਅਸਾਂ ਆਪੂ ਕਰਾਸਾਂ ਤਾਂ ਬਾਕੀ ਫਿਕਰ ਇਹ ਦੱਸੋ ਜਿਹੜਾ ਹੁਣ ਜਿਹੜਾ ਫੰਡ ਆਇਆ ਬੀ ਡੀ ਮੈਂਬਰ ਜਿਹੜੇ ਹੋਏ ਵਾਰਡ ਕੌਂਸਲਰ ਹਨ ਜਿਹੜੇ ਉਹ ਵੀ ਕਦੇ 1 ਲੱਖ ਤਾਂ 10,000 ਜਾਂ 20,000 ਜੋ ਵੀ ਆਇਆ ਅਗਰ ਉਹ ਸਾਰੇ 50,000 ਦੇਣਾ ਤਾਂ ਸਾਰਾ ਕੰਮ ਹੋ ਜਾਣਾ ਸੀ। 50,000 ਕਿਆ ਕੋਈ ਸਿਮਟਣਾ ਤਰੋੜਾ ਨਹੀਂ ਦੇਣਾ 50,000 ਇੱਥੇ ਕੌਣ ਦੇਣਾ ਜੀ ਇੱਥੇ ਕੋਈ ਨਹੀਂ ਦੇਣਾ ਪੈਸਾ ਨਹੀਂ ਤਾਂ ਉਹ ਪੈਸਾ ਕੁਦਰ ਗਿਆ ਵਾਰਡ ਕੌਂਸਲਰ ਨਾਲ ਜਿਹੜਾ ਸੀ ਜ਼ਾਰਾ ਖਾਈਏ ਉਸ ਨਾਲ 1-1.5 ਲੱਖ ਉਹਨੂੰ ਉੱਪਰੋਂ ਇਹ 2 ਗ੍ਰਾਂਟ ਵੀ ਅਛਣੀ ਆ ਵੀ ਜਿਹੜਾ ਪੈਕੇਜ ਹੈ ਦੂਆ ਉਹ ਲੇਕਿਨ ਖੋੜ ਵਾਸਤੇ ਕੋਈ 4-5 ਲੱਖ ਉਹ ਵੀ ਆਉਣਾ ਪਿਆ ਉਹ ਕੁਦਰ ਜਾ ਸੀ ਇਹ ਆਵਾਮ ਹੋਈ ਆ ਸਾਰੀ ਸਾਰਾ ਹਰ ਰੋਜ਼ ਇੱਥੇ ਤਰਿਆ ਤੂੰ ਬਾਰਿਸ਼ ਹੋਣੀ ਆ ਤਾਂ 4 ਐਕਸੀਡੈਂਟ ਇੱਥੇ ਮੈਂ ਖੁਦ ਤੱਕੇ ਨਾ ਆਪਣੀਆਂ ਅੱਖੇ ਠੀਕ ਹੈ ਉਸ ਤੋਂ ਬਾਅਦ ਅੰਬੀ ਤਾਂ ਜਿਹੜੇ ਅੰਬੇ ਆਸਾਂ ਪੂਰੇ ਤਾਂ ਉਸ ਤੋਂ ਬਾਅਦ ਅਸਾਂ ਕਦਮ ਚੁੱਕਿਆ ਤਾਂ ਇਨਸ਼ਾਅੱਲਾ ਕੋਸ਼ਿਸ਼ ਕਰਸਾਂ ਇੱਥੋਂ ਨਹੀਂ ਤਾਂ ਮਜਵਾਲਿਆ ਤੱਕ ਜਿਤਨੇ ਖੱਡੇ ਨੂੰ ਭਰਾਏ ਜਾਣ 100 ਟਰਾਲੀ ਲਗਾ 200 ਲਗਾ ਜਦੋਂ ਜੇਤ ਕਰਸਾਂ 10 ਦੜੇ ਕਰਾਂ ਮਹੀਨਾ ਕਰਾਂ ਮਜਵਾਲ ਤੱਕ ਸਾਰੇ ਖੱਡੇ ਭਰਾ ਸਾਂ। ਖੁਸ਼ਹਾਲ ਸਾਹਿਬ ਇਸ ਤਰ੍ਹਾਂ ਕਰੋ ਨਾ ਇੱਕ ਟੀਮ ਬਣਾਉਣੇ ਆ ਸਰ ਟੀਮ ਬਣਾਉਣ ਦੇ ਬਾਅਦ ਅਸੀਂ ਮਹੱਲੇ ਵਾਸ ਗਰਾਂ ਵਾਸ ਫਿਰਦੇ ਹਾਂ ਮਤਲਬ ਭੀਖ ਮੰਗਣੇ ਆ ਵੋਟ ਫਿਰ ਕੁਛ ਕੀ ਦੇਣੇ ਹੋ ਕਿਆ ਦੇਣੇ ਹੋ ਭਾਈ ਵੋਟ ਕੀਆ ਵੋਟ ਦੇਈਦਾ ਵਿਕਾਰੀ ਕਰਨੇ ਹੋ ਭਾਈ ਆਵਾਮ ਕੀ ਇਹ ਤਾਂ ਆਵਾਮ ਤਾਵਣ ਵੀ ਕਰਾ ਚੰਦਾ ਵੀ ਦੇ ਵੋਟ ਵੀ ਦੇ ਸਾਰਾ ਕਿਤੇ ਕੰਮ ਨਾ ਹੋਇਆ ਤੇ ਫਿਰ ਹੁਣ ਤੱਕ ਉਹ ਹਾਲਤ ਤੱਕ ਜੀ ਮਤਲਬ ਇਹ ਟਰਾਲੀ ਪੂਰੀ ਚੁੱਕਣ ਗਈ ਹੈ ਇਹ ਤੱਕੇ ਪਿੱਛੇ ਹੋਇਆ ਕੋਈ ਤੱਕੇ ਇਹਨਾਂ ਵਾ ਕੋਈ ਹੋਰ ਮਸਲਾ ਬਣਿਆ ਓਵਰਲੋਡ ਹੈ ਜੀ ਓਵਰਲੋਡ ਨਹੀਂ ਜੀ 250 ਬਲਾਕ ਹੈ ਓਵਰਲੋਡ ਉਹ ਇਹ ਤਾਂ ਕੋਣ 250 ਆ ਜਿਤਨਾ ਵੀ ਜ਼ਿਆਦਾ ਹੈ ਨਾ 250 ਬਲਾਕ ਜੀ ਹਰ ਗੱਡੀ ਨਹੀਂ ਤਾਂ ਚੰਨੀ ਹੈ ਜਿਹੜਾ ਰੋਡ ਠੀਕ ਹੋਇਆ ਮਤਲਬ 73 ਬਲਾਕ ਨਹੀਂ ਤਾਂ ਵੀ ਚੰਨੇ ਬੱਚੋ ਜੀ ਬੱਚੋ ਜੀ ਉਹ ਬੱਚੇ ਸਾਈਡ ਪਰ ਹੋ ਜਾ ਪੱਥਰ ਲਾਓ ਬੱਚੇ ਪਿੱਛੇ ਓਏ ਹੋਏ 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 ਪੱਥਰ ਵੀ ਟੱਪੀ ਜਾ ਸੀ ਅੱਗੂ ਤੁਸੋਂ ਬੱਚੇ ਜੀ ਬਾਕੀ ਬੰਦੇ ਇਹ ਜਨਾਬ ਤੁਸਾਂ ਕੀ ਦੱਸਣਾ ਪਿਆ ਲਾਈਵ ਨਾਜ਼ਰ ਉਹ ਨਹੀਂ ਜੀ ਅੱਗੇ ਜਾ ਅੱਗੇ ਆਪਣੀ ਜਾਨ ਵੀ ਤਾਂ ਪਿਆਰੀ ਆ ਨਾ ਇਹ ਇਸ ਕੀ ਇਹ ਗੱਲ ਆਹੋ ਇੱਧਰ ਇੱਥੇ ਖਿਲਾਈ ਛੋੜ ਜਿਹੜਾ ਨਾ ਲੋਡ ਕੱਟ ਕਰ ਐਵੇਂ ਹੋਰ ਕੋਈ ਨੁਕਸਾਨ ਕਰੀ ਛੋੜ ਜੀ ਨਾਜ਼ਰੀਨ ਤੱਕੀ ਕਿਨੋ ਰੋਡ ਨਹੀਂ ਕਿਹਾ ਸੁਰਤ ਵਾਲਾ ਅੱਲਾ ਖੈਰ ਕਰੇ ਯਾ ਅੱਲਾ ਖੈਰ ਯਾ ਅੱਲਾ ਖੈਰ ਆਵਾਮ ਫੈਸਲਾ ਕਰਿਆ ਜੀ ਤੱਕੀ ਨੂੰ ਕਿਆ ਸੁਰਤ ਹਾਲ ਹੈ ਖੋੜ ਨਹੀਂ ਕਾਫੀ ਦਿਨਾਂ ਤੋਂ ਸੋਸ਼ਲ ਮੀਡੀਆ ਪਰ ਵੀ ਕਾਫੀ ਸੀ ਅੱਲਾ ਹੈਰ ਕਰਿਆ ਹੁਣ ਪਿੱਛੇ ਰਿਵਰਸ ਆਈ ਗਈ ਹੈ